5,152 ਅਨਡਾਕੂਮੈਂਟਡ ਭਾਰਤੀ ਲੋਕ ਜਿਹੜੇ ਕੈਨੇਡਾ ਤੋਂ USA ਨੂੰ ਬਾਰਡਰ ਤੇ ਜਾਂਦੇ ਫੜੇ ਗਏ ਨੇ। ਇਹ ਪਹਿਲੀ ਵਾਰੀ ਇੱਦਾਂ ਹੋਇਆ ਕੈਨੇਡਾ US ਬਾਰਡਰ ਦੇ ਉੱਤੇ ਇੰਨੇ ਭਾਰਤੀ ਪਹਿਲੀ ਵਾਰੀ ਫੜੇ ਗਏ ਨੇ US ਮੈਕਸੀਕੋ ਬਾਰਡਰ ਨਾਲੋਂ। ਜਿਹੜਾ ਨੰਬਰ ਹੈ ਇਹ ਸਾਰਿਆਂ ਨਾਲੋਂ ਵੱਧ ਇਸ ਵਾਰੀ ਪਹਿਲੀ ਵਾਰੀ ਇੱਦਾਂ ਹੋਇਆ। 70,000 ਵਿਦਿਆਰਥੀਆਂ ਨੂੰ ਇੱਥੋਂ ਡਿਪੋਰਟ ਕਰ ਦਿੱਤੇ ਜਾਣਾ, ਬਹੁਤ ਸਾਰੇ ਜਿਹੜੇ ਅਨਡਾਕੂਮੈਂਟਡ ਲੋਕ ਨੇ ਇੱਥੇ ਕੈਨੇਡਾ ਦੇ ਵਿੱਚ ਉਹਨਾਂ ਨੂੰ ਦੇਸ਼ ਤੋਂ ਬਾਹਰ ਕੱਢ ਦੇਣਾ। ਬਾਰਡਰ ਕੰਟਰੋਲ ਦੀਆਂ ਪਾਲਿਸੀਜ਼ ਵੀ ਕੁਛ ਹੋਰ ਵੀ ਟਫ ਹੋਣਗੀਆਂ। ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਾਂ ਅਵਨੀਤ ਸਿੰਘ ਤੇਜਾ ਅਤੇ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਪ੍ਰਾਈਮ ਕੈਨੇਡਾ। ਪ੍ਰੋਗਰਾਮ ਦਾ ਨਾਮ ਭਾਵੇਂ ਪ੍ਰਾਈਮ ਕੈਨੇਡਾ ਹੈ, ਪਰ ਇਹਦੇ ਵਿੱਚ ਅਸੀਂ ਦੁਨੀਆ ਭਰ ਦੀਆਂ ਅਹਿਮ ਘਟਨਾਵਾਂ, ਦੁਨੀਆ ਭਰ ਦੇ ਅਹਿਮ ਮਸਲੇ, ਉਹਨਾਂ ਦੇ ਉੱਪਰ ਵਿਚਾਰ ਕਰਦੇ ਹਾਂ। ਅਤੇ ਹਮੇਸ਼ਾ ਇਸ ਗੱਲਬਾਤ ਵਿੱਚ ਮੇਰੇ ਨਾਲ ਮੌਜੂਦ ਰਹਿੰਦੇ ਨੇ ਚਲੰਤ ਮਾਮਲਿਆਂ ਦੇ ਮਾਹਰ ਗੁਰਮੰਤ ਗਰੇਵਾਲ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਗਰੇਵਾਲ ਸਾਹਿਬ ਸਵਾਗਤ ਜੀ ਇੱਕ ਵਾਰ ਫਿਰ ਤੋਂ। ਥੈਂਕ ਯੂ ਜੀ। ਗਰੇਵਾਲ ਸਾਹਿਬ, ਪਿਛਲੇ ਕਈ ਹਫ਼ਤਿਆਂ ਅਤੇ ਮਹੀਨਿਆਂ ਤੋਂ ਕੈਨੇਡਾ ਦੀ ਇਮੀਗ੍ਰੇਸ਼ਨ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ। ਫੈਡਰਲ ਸਰਕਾਰ ਵੱਲੋਂ ਇਮੀਗ੍ਰੇਸ਼ਨ ਨੀਤੀਆਂ ਵਿੱਚ ਤੇਜ਼ੀ ਨਾਲ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ। ਬਹੁਤ ਸਾਰੇ ਅਜਿਹੇ ਫੈਸਲੇ ਕੈਨੇਡਾ ਸਰਕਾਰ ਵੱਲੋਂ ਕੀਤੇ ਗਏ ਸੀ ਜਦੋਂ ਕੋਵਿਡ ਮਹਾਂਮਾਰੀ ਚੱਲ ਰਹੀ ਸੀ, ਉਸ ਦੌਰਾਨ ਇੱਥੋਂ ਦੀਆਂ ਸਥਾਨਕ ਲੋੜਾਂ ਨੂੰ ਪੂਰੀਆਂ ਕਰਨ ਵਾਸਤੇ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਕਈ ਬਦਲਾਅ ਕੀਤੇ ਗਏ। ਭਾਵੇਂ ਕਿ ਉਦੋਂ ਵੀ ਕਿਹਾ ਗਿਆ ਸੀ ਕਿ ਇਹ ਬਦਲਾਅ ਜਿਹੜੇ ਕੀਤੇ ਜਾ ਰਹੇ ਆ ਇਹ ਪਰਮਾਨੈਂਟ ਨਹੀਂ ਹੈਗੇ, ਇਹ ਅਸਥਾਈ ਨੇ, ਟੈਂਪਰੇਰੀ ਨੇ। ਹੁਣ ਜਿਵੇਂ ਹੀ ਕੋਵਿਡ ਵੀ ਖਤਮ ਹੋ ਗਿਆ ਅਤੇ ਸਰਕਾਰ ਦੇ ਉੱਪਰ ਦਬਾਅ ਵੀ ਵੱਧ ਰਿਹਾ ਅਤੇ ਸਰਕਾਰ ਉਹ ਜਿਹੜਾ ਪ੍ਰੈਸ਼ਰ ਮਹਿਸੂਸ ਵੀ ਕਰ ਰਹੀ ਹੈ, ਤਾਂ ਉਹਦੇ ਨਾਲ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਨਵੇਂ ਨਵੇਂ ਐਲਾਨ ਵੀ ਹੋ ਰਹੇ ਆ। ਇਹਦਾ ਅਸਰ ਇਹ ਹੋ ਰਿਹਾ ਕਿ ਕਈ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ ਕਿ 70,000 ਵਿਦਿਆਰਥੀਆਂ ਨੂੰ ਇੱਥੋਂ ਡਿਪੋਰਟ ਕਰ ਦਿੱਤੇ ਜਾਣਾ, ਬਹੁਤ ਸਾਰੇ ਜਿਹੜੇ ਅਨਡਾਕੂਮੈਂਟਡ ਲੋਕ ਨੇ ਇੱਥੇ ਕੈਨੇਡਾ ਦੇ ਵਿੱਚ ਉਹਨਾਂ ਨੂੰ ਦੇਸ਼ ਤੋਂ ਬਾਹਰ ਕੱਢ ਦੇਣਾ, ਅਤੇ ਉਹ ਇੱਕ ਜਿਹੜਾ ਡਰ ਦਾ ਮਾਹੌਲ ਉਹਨਾਂ ਲੋਕਾਂ ਦੇ ਵਿੱਚ ਪੈਦਾ ਹੋਇਆ, ਉਹਦਾ ਹੁਣ ਅਸਰ ਨਜ਼ਰ ਆਉਣਾ ਸ਼ੁਰੂ ਹੋ ਗਿਆ। ਜਿਹੜੇ ਅੰਕੜੇ ਸਾਹਮਣੇ ਆ ਰਹੇ ਆ ਉਹ ਬੜੇ ਹੈਰਾਨ ਅਤੇ ਪਰੇਸ਼ਾਨ ਕਰਨ ਵਾਲੇ ਆ। ਅੰਕੜੇ ਇਹ ਬੋਲ ਰਹੇ ਆ ਕਿ ਇਕੱਲੇ ਜੂਨ ਮਹੀਨੇ ਦੇ ਦੌਰਾਨ 5,000 ਤੋਂ ਵੀ ਜ਼ਿਆਦਾ ਜਿਹੜੇ ਅਨਡਾਕੂਮੈਂਟਡ ਭਾਰਤੀ ਇੰਡੀਅਨ ਜਿਹੜੇ ਨੇ ਉਹ ਕੈਨੇਡਾ ਤੋਂ ਬਾਰਡਰ ਕ੍ਰੋਸ ਕਰਕੇ ਅਮਰੀਕਾ ਵਿੱਚ ਦਾਖਲ ਹੋਏ ਆ। ਇੱਥੇ ਹੀ ਬਸ ਨਹੀਂ, ਉੱਧਰੋਂ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਜਿਹੜੇ ਲੋਕ ਕੈਨੇਡੀਅਨ ਵੀਜ਼ਾ 'ਤੇ ਕੈਨੇਡਾ ਆਉਣਾ ਚਾਹੁੰਦੇ ਆ ਪਰ ਜਦੋਂ ਇੰਗਲੈਂਡ ਉੱਤਰਦੇ ਆ ਅਤੇ ਉੱਥੇ ਹੀ ਅਸਾਈਲਮ ਵਾਸਤੇ, ਸ਼ਰਨਾਰਥੀ ਵਾਸਤੇ ਉਹ ਆਪਣੀਆਂ ਅਰਜ਼ੀਆਂ ਲਗਾ ਰਹੇ ਆ। ਹੁਣ ਇਹ ਤਿੰਨਾਂ ਦੇਸ਼ਾਂ ਵਾਸਤੇ, ਯਾਨੀ ਕਿ ਅਮਰੀਕਾ, ਕੈਨੇਡਾ ਅਤੇ ਇੰਗਲੈਂਡ, ਤਿੰਨਾਂ ਵਾਸਤੇ ਜਿਹੜੀ ਇੱਕ ਗੁੰਝਲਦਾਰ ਸਥਿਤੀ ਬਣੀ ਹੈ। ਕੁੱਲ ਮਿਲਾ ਕੇ ਇਹ ਕਿੱਧਰ ਨੂੰ ਜਾਵੇਗੀ ਹੁਣ? ਚਿੰਤਾ ਦਾ ਵਿਸ਼ਾ ਤਾਂ ਜ਼ਰੂਰ ਹੈ। 5,152 ਅਨਡਾਕੂਮੈਂਟਡ ਭਾਰਤੀ ਲੋਕ ਜਿਹੜੇ USA ਤੋਂ ਕੈਨੇਡਾ ਤੋਂ USA ਨੂੰ ਬਾਰਡਰ 'ਤੇ ਜਾਂਦੇ ਫੜੇ ਗਏ ਨੇ ਜੂਨ ਮਹੀਨੇ ਦੇ ਵਿੱਚ, ਸਿਰਫ ਇਹ ਨੰਬਰ ਹੈ। ਇਹ ਐਵਰੇਜ ਨਾਲੋਂ 5 ਗੁਣਾ ਜ਼ਿਆਦਾ ਹੈ ਅਤੇ ਜਿਹੜਾ ਟਰੈਂਡ ਆ ਉਹ ਇੱਦਾਂ ਲੱਗ ਰਿਹਾ ਕਿ ਟਰੈਂਡ ਕੰਟੀਨਿਊ ਕਰ ਰਿਹਾ। ਇਹ ਪਹਿਲੀ ਵਾਰੀ ਇੱਦਾਂ ਹੋਇਆ ਕਿ ਕੈਨੇਡਾ US ਬਾਰਡਰ ਦੇ ਉੱਤੇ ਇੰਨੇ ਭਾਰਤੀ ਪਹਿਲੀ ਵਾਰੀ ਫੜੇ ਗਏ ਨੇ US ਮੈਕਸੀਕੋ ਬਾਰਡਰ ਨਾਲੋਂ। ਜਿਹੜਾ ਨੰਬਰ ਹੈ ਇਹ ਸਾਰਿਆਂ ਨਾਲੋਂ ਵੱਧ ਇਸ ਵਾਰੀ ਪਹਿਲੀ ਵਾਰੀ ਇੱਦਾਂ ਹੋਇਆ ਜੀ। ਕਹਿੰਦੇ ਨੇ ਕਿ ਕੈਨੇਡਾ ਨੇ 2017 ਦੇ ਵਿੱਚ, ਜਦੋਂ ਆਪਾਂ ਦੇਖਦੇ ਹਾਂ ਸਾਰੀ ਸਿਚੁਏਸ਼ਨ ਨੂੰ, ਇਹ ਨਤੀਜਾ ਨਿਕਲਦਾ ਕਿ 2017 ਤੋਂ ਵਿੱਚ ਜਦੋਂ ਕੈਨੇਡਾ ਨੇ ਸਟੂਡੈਂਟਸ ਅਤੇ ਇਮੀਗ੍ਰੈਂਟਸ ਦੀ ਨੰਬਰ ਵਧਾਏ ਨੇ ਤਾਂ ਉਹਦੇ ਨਾਲ ਇਕੋਨਮੀ ਨੂੰ ਬੂਸਟ ਕਰਨਾ, ਲੇਬਰ ਸ਼ੋਰਟੇਜ ਨੂੰ ਐਡਰੈਸ ਕਰਨਾ ਮੇਨ ਮਕਸਦ ਸੀ। 2018 ਤੋਂ 2022 ਦੇ ਵਿਚਾਲੇ 5,66,000 ਤੋਂ ਵਧਾ ਕੇ 8,00,000 ਦੇ ਕਰੀਬ ਸਟੂਡੈਂਟ ਆਏ ਨੇ, ਜਿਹੜੇ 61% ਇਨਕਰੀਜ਼ ਹੈ ਨੰਬਰਸ ਦੇ ਵਿੱਚ।
ਕੈਨੇਡਾ ਨੂੰ ਅਟਰੈਕਟਿਵ ਤਾਂ ਜ਼ਰੂਰ ਮੰਨਿਆ ਜਾਂਦਾ, ਇਸ ਕਰਕੇ ਫੇਵਰੇਬਲ ਪੋਲਿਸੀਜ਼ ਜਿਹੜੀ ਇਮੀਗ੍ਰੇਸ਼ਨ ਦੀਆਂ ਸੀ ਉਹਨਾਂ ਕਰਕੇ ਲੋਕ ਐਜੂਕੇਸ਼ਨ ਕਰਕੇ ਵਧੀਆ ਕੁਆਲਿਟੀ ਆਫ ਲਾਈਫ ਕਰਕੇ ਮਲਟੀਕਲਚਰਲ ਇਨਵਾਇਰਮੈਂਟ ਕਰਕੇ ਕੈਨੇਡਾ ਨੂੰ ਪ੍ਰੈਫਰ ਕਰਦੇ ਰਹੇ ਨੇ। ਹੁਣ ਅਮਰੀਕਾ ਦਾ ਕੰਸਰਨ ਇਹ ਹੈ ਕਿ ਜਿਹੜਾ ਕੈਨੇਡਾ ਦੀ ਇਮੀਗ੍ਰੇਸ਼ਨ ਪੋਲਿਸੀ ਬੜੀ ਲੀਨੀਅੰਟ ਹੈ ਵੀਜ਼ਾ ਇਸ਼ੂ ਕਰਨ ਦੇ ਲਈ, ਉਹਦੇ ਨਾਲ ਇੰਟਰਨੈਸ਼ਨਲ ਸਟੂਡੈਂਟਸ ਵੀ ਜ਼ਿਆਦਾ ਆ ਗਏ ਅਤੇ ਜਿਹੜੇ ਅਨਡਾਕੂਮੈਂਟਡ ਲੋਕ ਬਾਰਡਰ 'ਤੇ ਕ੍ਰੋਸ ਕਰਦੇ ਫੜੇ ਗਏ ਨੇ ਉਹਨਾਂ ਦੇ ਨੰਬਰ ਵਿੱਚ ਵਾਧਾ ਹੋਇਆ। ਦੇਖੋ ਤੇਜਾ ਜੀ, ਕੈਨੇਡਾ ਅਤੇ ਯੂ ਐੱਸ ਏ ਦਾ 9000 ਕਿਲੋਮੀਟਰ ਦਾ ਤਕਰੀਬਨ ਬਾਰਡਰ ਹੈ ਜੀ। ਇਹ ਦੁਨੀਆ ਦਾ ਲੌਂਗੈਸਟ ਅਨਡਿਫੈਂਡਡ ਬਾਰਡਰ ਹੈ ਜੀ। ਇਹਨੂੰ ਮੰਨਿਆ ਜਾਂਦਾ ਸੀ ਕਿ ਇਹ ਇੱਕ ਪੀਸਫੁੱਲ ਕੋ ਐਗਜ਼ਿਸਟੈਂਸ ਦੀ ਐਗਜ਼ੈਂਪਲ ਆ ਦੁਨੀਆ ਦੇ ਵਿੱਚ। ਦੋ ਦੇਸ਼ ਨੇ ਬੜੇ ਪੀਸਫੁੱਲ ਤਰੀਕੇ ਨਾਲ ਦੋਨੋਂ ਇਕੱਠੇ ਰਹਿੰਦੇ ਨੇ, ਪਰ ਹੁਣ ਨਵੇਂ ਇਮੀਗ੍ਰੇਸ਼ਨ ਦੇ ਚੈਲੰਜਸ ਦੇ ਕਰਕੇ ਜਿਹੜਾ ਹਿਸਟੋਰੀਕਲ ਪ੍ਰਸਪੈਕਟਿਵ ਸੀਗਾ ਸਾਊਥ ਅਮਰੀਕਾ ਦੇ ਸਾਊਥ ਬਾਰਡਰ ਦਾ ਜਿਹੜਾ ਮੈਕਸੀਕੋ ਦੇ ਨਾਲ, ਉਹਦੇ ਬਜਾਏ ਬਦਲ ਕੇ ਜਿਹੜਾ ਫੋਕਸ ਹੈ, ਰਿਸੋਰਸਿਸ ਦੀ ਅਟੈਂਸ਼ਨ ਹੈ ਜਾਂ ਰਿਸੋਰਸਿਸ ਦੇ ਨੰਬਰਸ ਨੇ, ਉਹ ਨੌਰਥ ਵੱਲ ਨੂੰ ਆ ਰਹੇ ਨੇ। ਖਾਸ ਤੌਰ 'ਤੇ ਜਦੋਂ ਅਮਰੀਕਾ ਦੇ ਵਿੱਚ ਇਸ ਵੇਲੇ ਇਲੈਕਸ਼ਨਾਂ ਚੱਲ ਰਹੀਆਂ ਨੇ ਅਤੇ ਇਮੀਗ੍ਰੇਸ਼ਨ ਇੱਕ ਹੌਟ ਬਟਨ ਹੈ, ਉਹਦੇ ਨਾਲ ਇਹਦੇ 'ਤੇ ਕਾਫੀ ਇੰਪੈਕਟ ਪਏਗਾ। ਤੁਹਾਨੂੰ ਯਾਦ ਹੋਏਗਾ ਪ੍ਰਾਇਮਰੀਜ਼ ਦੀ ਡਿਬੇਟ ਦੇ ਵਿੱਚ ਨਿੱਕੀ ਹੇਲੀ ਜਿਹੜੇ ਕੈਂਡੀਡੇਟ ਸੀਗੇ ਰਿਪਬਲਿਕਨ ਪਾਰਟੀ 'ਚ, ਉਹਨਾਂ ਨੇ ਕਿਹਾ ਕਿ ਸਾਨੂੰ ਸਾਊਥ ਦੇ ਵਿੱਚ ਨਹੀਂ ਇਕੱਲੀ ਕੰਧ ਬਣਾਉਣ ਦੀ ਲੋੜ, ਕੈਨੇਡਾ ਦੇ ਵੱਲ ਵੀ ਸਾਨੂੰ ਕੰਧ ਬਣਾਉਣੀ ਪੈ ਸਕਦੀ ਹੈ। ਹੁਣ ਇਹ ਜਿਹੜੀ ਸਥਿਤੀ ਹੈ, ਯੂ ਐੱਸ ਏ ਇਹ ਦੇਖ ਰਿਹਾ ਕਿ ਕੈਨੇਡਾ ਦੀ ਲੀਨੀਅੰਟ ਇਮੀਗ੍ਰੇਸ਼ਨ ਪੋਲਿਸੀ ਨੂੰ ਲੋਕ ਜਿਹੜੇ ਆ ਰਹੇ ਨੇ ਇੱਥੇ ਐਕਸਪਲੋਇਟ ਕਰ ਰਹੇ ਨੇ, ਅਤੇ ਉਹ ਅਮਰੀਕਾ ਦੇ ਵਿੱਚ ਐਂਟਰ ਕਰਨ ਦੇ ਲਈ ਇੱਕ ਗੇਟਵੇ ਸਮਝਦੇ ਨੇ ਕਿ ਕੈਨੇਡਾ ਜਾ ਕੇ ਪੈਰ ਲਾ ਲਓ, ਬਾਅਦ 'ਚ ਅਮਰੀਕਾ ਨੂੰ ਮੂਵ ਕਰ ਲਓ, ਕਿਉਂਕਿ ਉੱਥੇ ਲੋਕਾਂ ਦੇ ਕਈਆਂ ਦੇ ਆਪਣੇ ਇੰਟਰਸਟ ਨੇ, ਇੰਪਲਾਇਮੈਂਟ ਓਪਰਚੁਨਿਟੀਜ਼ ਨੇ, ਫੈਮਿਲੀ ਕਨੈਕਸ਼ਨਸ ਨੇ, ਜਾਂ ਉੱਥੇ ਇਮੀਗ੍ਰੇਸ਼ਨ ਸਿਸਟਮ ਨੂੰ ਬੈਟਰ ਸਮਝਦੇ ਨੇ। ਸੋ ਇਸ ਕਰਕੇ ਜਿਹੜੀ ਇਹ ਸਥਿਤੀ ਹੈ, ਇਸ ਕਰਕੇ ਇੱਕ ਚਿੰਤਾ ਦਾ ਵਿਸ਼ਾ ਬਣਿਆ ਅਤੇ ਕੈਨੇਡਾ ਅਮਰੀਕਾ ਨੇ ਕੈਨੇਡਾ ਨੂੰ ਵਾਰਨਿੰਗ ਦਿੱਤੀ ਹੈ। ਅੱਛਾ, ਇੱਕ ਪਾਸੇ ਤਾਂ ਇਹ ਵਾਰਨਿੰਗ ਹੈ, ਹੁਣ ਜਦੋਂ ਅਸੀਂ ਵੇਖਦੇ ਹਾਂ ਕਿ ਕੈਨੇਡਾ ਤੋਂ ਜਦੋਂ ਅਮਰੀਕਾ ਵਿੱਚ ਜਾਣਾ ਤਾਂ ਕਈ ਤਰ੍ਹਾਂ ਦੇ ਰਸਤੇ ਅਖਤਿਆਰ ਕੀਤੇ ਜਾਂਦੇ ਆ, ਅਤੇ ਸਾਡੇ ਕੋਲ ਕੁਝ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਦੀ ਹਿਸਟਰੀ ਵੀ ਹੈ, ਜਿਸੀਂ ਉਸ ਪਟੇਲ ਪਰਿਵਾਰ ਨੂੰ ਕਦੇ ਨਹੀਂ ਭੁੱਲ ਸਕਦੇ, ਜਿਹੜੇ ਦੋਵੇਂ ਮੀਆਂ ਬੀਵੀ ਅਤੇ ਉਹਨਾਂ ਦੇ ਛੋਟੇ ਬੱਚੇ ਜਦੋਂ ਵਿਨੀਪੈਗ ਦੇ ਨੇੜੇ ਬਾਰਡਰ ਦੇ ਉੱਪਰ ਅੱਤ ਦੀ ਠੰਡ ਕਾਰਨ ਮਾਰੇ ਗਏ ਸਨ। ਉਸ ਤੋਂ ਇਲਾਵਾ ਕੁਬੈਕ ਵਾਲੇ ਪਾਸਿਓਂ ਕਿਸ਼ਤੀ ਰਾਹੀਂ ਦਰਿਆ ਪਾਰ ਕਰਕੇ ਅਮਰੀਕਾ ਵਿੱਚ ਜਾਣ ਦੀ ਕੋਸ਼ਿਸ਼ ਕਰਦਿਆਂ ਭਾਰਤੀ ਵੀ ਕਈ ਮਾਰੇ ਗਏ ਸਨ ਅਤੇ ਦੂਜੇ ਦੇਸ਼ਾਂ ਦੇ ਲੋਕ ਵੀ ਮਾਰੇ ਗਏ ਸਨ। ਹੁਣ ਜਦੋਂ ਇਹ ਸਥਿਤੀ ਪੈਦਾ ਹੁੰਦੀ ਹੈ, ਜਿਸ ਤਰ੍ਹਾਂ ਕੈਨੇਡਾ ਅਮਰੀਕਾ ਦੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਦਾ, ਖਾਸ ਕਰਕੇ ਜਦੋਂ ਇੱਥੇ ਕੋਈ ਇਮੀਗ੍ਰੈਂਟ ਆਉਂਦਾ ਕੈਨੇਡਾ ਦੇ ਵਿੱਚ, ਉਹਦੇ ਸਾਰੇ ਬਾਇਓਮੈਟ੍ਰਿਕ ਵਗੈਰਾ ਹਰ ਚੀਜ਼ ਹੁੰਦੀ ਹੈ, ਅਤੇ ਜਦੋਂ ਉਹ ਅਮਰੀਕਾ ਪਹੁੰਚ ਗਿਆ, ਮੰਨ ਲਓ ਉਹਨੇ ਸੋਚ ਕੇ ਘਰੋਂ ਆਇਆ ਸੀ ਇੱਕ ਵਾਰੀ ਕੈਨੇਡਾ ਵੜ ਜਾ, ਤਾਂ ਕੈਨੇਡਾ ਤੋਂ ਅਮਰੀਕਾ ਵਿੱਚ ਜਾਣਾ ਸੌਖਾ ਕਿਉਂਕਿ ਬਾਰਡਰ ਖੁੱਲ੍ਹੇ ਆ, ਹੁਣ ਅਮਰੀਕਾ ਵਿੱਚ ਚਲੇ ਗਿਆ ਤਾਂ ਉਹਦਾ ਭਵਿੱਖ ਕਿਸ ਤਰ੍ਹਾਂ ਦਾ, ਉਹਦਾ ਫਿਊਚਰ ਕਿਸ ਤਰ੍ਹਾਂ ਦਾ, ਕੀ ਉਹਦੇ ਲਈ ਪੈਰ ਲਾਉਣੇ ਅਮਰੀਕਾ ਵਿੱਚ ਇੰਨੇ ਸੌਖੇ ਨੇ? ਦੇਖੋ, ਪਹਿਲਾਂ ਤੁਸੀਂ ਰੈਫਰੈਂਸ ਦਿੱਤੀ ਹੈ ਜਿਹੜੇ ਪਟੇਲ ਫੈਮਿਲੀ ਦੇ ਵਿਅਕਤੀ ਮਾਰੇ ਗਏ ਨੇ ਬਾਰਡਰ ਕ੍ਰੋਸ ਕਰਦੇ। ਦੇਖਿਆ ਜਾਵੇ ਤਾਂ ਜਿਹੜੇ ਪ੍ਰੋਸਪੈਕਟਿਵ ਇਮੀਗ੍ਰੈਂਟਸ ਨੇ, ਇਹ ਬੜੇ ਰਿਮੋਟ ਏਰੀਏ ਵਿੱਚੋਂ, ਬੜੇ ਹਾਰਸ਼ ਜੰਗਲਾਤੀ ਏਰੀਏ ਦੇ ਵਿੱਚੋਂ, ਅਤੇ ਬੜੇ ਨੈਚੁਰਲ ਓਬਸਟੇਕਲਸ ਨੂੰ ਜੀ ਨੈਚੁਰਲ ਓਬਸਟੇਕਲਸ ਨੂੰ ਪਾਸ ਕਰਦੇ ਹੋਏ, ਦਰਿਆਵਾਂ ਵਿੱਚ ਦੀ ਲੰਘਦੇ ਹੋਏ, ਅਤੇ ਫਿਰ ਅਥਾਰਟੀਜ਼ ਦੇ ਡਰ ਤੋਂ ਕਿ ਹਿਊਮੈਨੀਟੇਰੀਅਨ ਕੰਸਰਨ ਵੀ ਹੈ ਕਿਉਂਕਿ ਅਥਾਰਟੀਜ਼ ਤੋਂ ਫੜੇ ਜਾਣਗੇ, ਹਾਲਾਤ ਬੜੇ ਭੈੜੇ ਨੇ ਜਿੱਥੋਂ ਦੇ ਨਿਕਲਦੇ ਨੇ, ਉਹਨਾਂ ਦੀ ਸੇਫਟੀ ਅਤੇ ਵੈਲਬੀਇੰਗ ਇੱਕ ਇਸ਼ੂ ਹੈ। ਦੂਸਰੇ ਪਾਸੇ ਜਿਹੜੇ ਹੋਰ ਕਈ ਚੈਲੇਂਜਸ ਨੇ ਇਕਨੋਮਿਕ ਗੋਲ ਦੇ ਨਾਲ ਨਾਲ, ਰਿਸਪੋਂਸੀਬਿਲਟੀ ਇਮੀਗ੍ਰੇਸ਼ਨ ਪੋਲਿਸੀਜ਼ ਦੀ, ਕਿ ਸਿਸਟਮ ਐਕਸਪਲਾਇਟ ਨਾ ਹੋਵੇ, ਸਕਰੀਨਿੰਗ ਵਧੀਆ ਹੋਵੇ,
ਕੋਲੈਬੋਰੇਸ਼ਨ ਵਿਦ ਅਦਰ ਪਾਰਟਨਰਸ ਆਲਸੋ ਇੰਪੋਰਟੈਂਟ, ਬਾਕੀ ਦੇਸ਼ਾਂ ਦੇ ਨਾਲ ਕੋਲੈਬੋਰੇਸ਼ਨ ਕਰਨੀ, ਕਿਉਂਕਿ ਯੂਨੀਲੈਟਰਲ ਐਕਸ਼ਨ ਨਹੀਂ ਲੈ ਸਕਦੇ, ਉਹ ਇਨਫ ਨਹੀਂ ਹੈ। ਸੋ ਜਿਹੜੀ ਕੈਨੇਡਾ ਦੀ ਇਹ ਸਾਰੀ ਸਿਚੁਏਸ਼ਨ ਹੈ, ਜਿਹੜੇ ਚੈਲੇਂਜਸ ਨੇ, ਇਹ ਸਾਰੇ ਬਾਕੀ ਦੇ ਦੇਸ਼ਾਂ ਦੇ ਲਈ ਵੀ ਇੱਕ ਉਹਨਾਂ ਦੀ ਇਮੀਗ੍ਰੇਸ਼ਨ ਪੋਲਿਸੀ ਨੂੰ ਰੀਅਸੈਸ ਕਰਨ ਦੇ ਲਈ ਮਜਬੂਰ ਕਰਦੇ ਨੇ, ਅਤੇ ਉਹਨਾਂ ਨੂੰ ਆਪਣੀਆਂ ਇਮੀਗ੍ਰੇਸ਼ਨ ਪੋਲਿਸੀਜ਼ ਰੀਇਵੈਲੂਏਟ ਕਰਨੀਆਂ ਪੈਂਦੀਆਂ ਨੇ। ਬਾਰਡਰ ਕੰਟਰੋਲ ਦੀਆਂ ਪੋਲਿਸੀਜ਼ ਵੀ ਕੁਛ ਹੋਰ ਵੀ ਟਫ ਹੋਣਗੀਆਂ, ਅਤੇ ਕੁਛ ਹੋਰਾਂ ਨੂੰ ਰਿਵਿਊ ਕਰਕੇ ਉਹਨਾਂ ਨੂੰ ਡਿਫਰੈਂਟ ਤਰੀਕੇ ਦੇ ਨਾਲ ਇੰਪਲੀਮੈਂਟ ਕੀਤਾ ਜਾਊਗਾ। ਇਨ ਅਦਰ ਵਰਡਸ, ਇਹ ਇੱਕ ਮਲਟੀਫੇਸਟਡ ਇਸ਼ੂ ਹੈ, ਬਹੁਪੱਖੀ ਇਸ਼ੂ ਹੈ। ਉਹਦੇ 'ਚ ਇਕਨੋਮਿਕ ਨੀਡਸ, ਸਿਕਿਉਰਿਟੀ ਕੰਸਰਨ ਅਤੇ ਹਿਊਮੈਨੀਟੇਰੀਅਨ ਰਿਸਪੋਂਸੀਬਿਲਿਟੀ। ਹੁਣ ਯੂਕੇ ਨੇ ਕੀ ਕੀਤਾ ਕਿ ਇਸ ਸਥਿਤੀ ਨੂੰ ਮੁੱਖ ਰੱਖਦੇ ਹੋਏ, ਕਿਉਂਕਿ ਉਹਦਾ ਇੰਪੈਕਟ ਆ ਜਿਹੜਾ ਯੂਕੇ ਦੇ ਉੱਤੇ ਵੀ ਪਿਆ, ਪੁਆਇੰਟ ਆਫ ਐਂਟਰੀ ਦੇ ਉੱਤੇ ਭਾਰਤੀ ਲੋਕਾਂ ਵੱਲੋਂ ਅਸਾਈਲਮ ਜਿਹੜੀ ਸੀਕ ਕੀਤੀ ਜਾਂਦੀ ਹੈ ਉੱਥੇ, ਉਹਦੇ ਲਈ ਅਪਲਾਈ ਕੀਤਾ ਜਾਂਦਾ, ਉਹਨਾਂ ਦੀ ਗਿਣਤੀ ਵਧੀ ਹੈ। ਭਾਵੇਂ ਉਹਨਾਂ ਨੇ ਆਉਣਾ ਤਾਂ ਕੈਨੇਡਾ ਸੀ, ਟ੍ਰਾਂਜ਼ਿਟ ਯੂਕੇ ਵਿੱਚ ਦੀ ਹੈ, ਅਤੇ ਯੂਕੇ ਉੱਤਰ ਕੇ ਫਿਰ ਉਹ ਅਸਾਈਲਮ ਲਈ ਅਪਲਾਈ ਕਰਦੇ ਨੇ। 2022 ਦੇ ਵਿੱਚ 162% ਇਨਕਰੀਜ਼ ਹੋਈ ਹੈ ਪਹਿਲੇ ਸਾਲ ਨਾਲੋਂ। 2023 ਦੇ ਵਿੱਚ ਤਕਰੀਬਨ 1319 ਭਾਰਤੀਆਂ ਨੇ ਟ੍ਰਾਂਜ਼ਿਟ ਜਿਹੜੇ ਪੈਸੰਜਰ ਸੀਗੇ, ਕੈਨੇਡਾ ਬਾਉਂਡ ਸੀਗੇ, ਉਹਨਾਂ ਨੇ ਅਸਾਈਲਮ ਲਈ ਅਪਲਾਈ ਕੀਤਾ। ਹੁਣ ਯੂਕੇ ਨੂੰ ਇਸ ਮਿਸਯੂਜ਼ ਨੂੰ ਪ੍ਰਿਵੈਂਟ ਕਰਨ ਦੇ ਲਈ ਪੋਲਿਸੀ ਬਦਲਣੀ ਪਈ ਹੈ। ਉਹਨਾਂ ਨੇ ਭਾਰਤੀ ਜਿਹੜੇ ਬਾਹਰਲੇ ਦੇਸ਼ਾਂ ਨੂੰ ਜਾਂਦੇ ਨੇ ਯੂਕੇ ਵਿੱਚ ਦੀ, ਉਹਨਾਂ ਲਈ ਟ੍ਰਾਂਜ਼ਿਟ ਵੀਜ਼ਾ ਲਾਜ਼ਮੀ ਕਰ ਦਿੱਤਾ, ਤਾਂ ਕਿ ਟ੍ਰਾਂਜ਼ਿਟ ਦਾ ਵੀਜ਼ਾ ਲੈ ਕੇ ਜਾਣਗੇ, ਫਿਰ ਉਹਨਾਂ ਨੂੰ ਉਸੇ ਏਰੀਏ 'ਚ ਰੱਖਿਆ ਜਾਊਗਾ, ਅਤੇ ਉਹਦੇ ਵਿੱਚ ਉਹ ਅਸਾਈਲਮ ਨਾ ਅਪਲਾਈ ਕਰ ਸਕਣ। ਇਹਦੀਆਂ ਜਿਹੜੀਆਂ ਇੰਪਲੀਕੇਸ਼ਨਸ ਨੇ, ਇਹ ਗਲੋਬਲ ਇਮੀਗ੍ਰੇਸ਼ਨ ਪੈਟਰਨ ਦੇ ਉੱਤੇ ਪੈ ਰਹੀਆਂ ਨੇ। ਇਸ ਕਰਕੇ ਦੇਸ਼ਾਂ ਨੂੰ ਕੋਲੈਬੋਰੇਟਿਵ ਐਫਰਟਸ ਕਰਨੇ ਪੈਣਗੇ, ਇੰਟਰਨੈਸ਼ਨਲ ਕੋਆਪਰੇਸ਼ਨ ਵਧਾਉਣੀ ਪਏਗੀ, ਅਤੇ ਇਫੈਕਟਿਵ ਸਟ੍ਰੈਟਜੀਜ਼ ਹਿਊਮੈਨੀਟੇਰੀਅਨ ਕੰਸਿਡਰੇਸ਼ਨਸ ਨੂੰ ਮੁੱਖ ਰੱਖਦੇ ਕਰਨੀ ਪਏਗੀ ਜੀ। ਹੁਣ ਜਿਸ ਤਰ੍ਹਾਂ ਇੱਕ ਮੇਰਾ ਸਵਾਲ ਗਰੇਵਾਲ ਸਾਹਿਬ, ਉਸੇ ਤਰ੍ਹਾਂ ਹੀ ਮੈਂ, ਕਿਉਂਕਿ ਇਹ ਸਵਾਲ ਸਾਡੇ ਬਹੁਤ ਸਾਰੇ ਦਰਸ਼ਕਾਂ ਦੇ ਵੀ ਹੈ ਕਿ ਜਦੋਂ ਇੱਥੇ ਕਈ ਵਿਦਿਆਰਥੀ ਜਿਹੜਾ ਜਿਹਨਾਂ ਦਾ ਸਟੇਟਸ ਨਹੀਂ ਰਹਿੰਦਾ, ਮੁੜ ਕੇ ਜਿਹੜੇ ਸਟੱਡੀ ਕੰਪਲੀਟ ਨਹੀਂ ਕਰਦੇ ਅਤੇ ਮੁੜ ਕੇ ਵਰਕ ਪਰਮਿਟ ਵਗੈਰਾ ਵੀ ਨਹੀਂ ਹੁੰਦੇ, ਅਤੇ ਉਹ ਵੀ ਸੋਚਦੇ ਆ ਕਿ ਅਸੀਂ ਅਮਰੀਕਾ ਵਾਲੇ ਪਾਸੇ ਕਿਸੇ ਤਰੀਕੇ ਨਿਕਲ ਜਾਈਏ। ਮੈਂ ਸਵਾਲ ਮੇਰਾ ਉੱਥੇ ਆ ਕਿ ਅਮਰੀਕਾ ਵਾਲੇ ਪਾਸੇ ਜਾ ਕੇ ਉੱਥੇ ਸੈਟਲ ਹੋਣਾ ਕਿੰਨਾ ਕੁ ਆਸਾਨ ਹੋ ਸਕਦਾ ਜਾਂ ਬੇਹੱਦ ਮੁਸ਼ਕਿਲ ਹੈ? ਦੇਖੋ, ਮੈਂ ਧੰਨਵਾਦ, ਤੁਸੀਂ ਮੈਨੂੰ ਸਵਾਲ ਕੰਪਲੀਟ ਕਰਨ ਦੇ ਲਈ ਯਾਦ ਕਰਾ ਦਿੱਤਾ। ਮੈਂ ਉੱਧਰ ਨੂੰ ਜਾਣਾ ਥੋੜ੍ਹਾ ਜਿਹਾ ਜੇ ਭੁੱਲ ਗਿਆ ਸੀ, ਜਾਂ ਬਾਅਦ ਵਿੱਚ ਸ਼ਾਇਦ ਜਾਣ ਦੇ ਲਈ ਆਪਾਂ ਸੋਚਦੇ ਸੀ। ਦੇਖੋ, ਜਿਹੜਾ ਅਮਰੀਕਾ ਦੇ ਵਿੱਚ ਆ ਕੇ ਇਮੀਗ੍ਰੇਸ਼ਨ ਲੈਣ ਦੇ ਲਈ ਇਲੀਗਲ ਬੰਦੇ ਲਈ ਪਹਿਲਾ ਪੁਆਇੰਟ ਹੈ ਰੈਫਿਊਜੀ ਲਈ ਅਪਲਾਈ ਕਰਦੇ ਆ। ਜਦੋਂ ਰੈਫਿਊਜੀ ਲਈ ਅਪਲਾਈ ਕਰਦੇ ਆ, ਤਾਂ ਉੱਥੇ ਜਿਹੜੇ ਕੰਟਰੀਜ਼ ਦੇ ਵਿੱਚ ਟ੍ਰੀਟੀ ਸਾਈਨ ਹੋਈਆਂ ਨੇ, ਉਹਨਾਂ ਦੇ ਵਿੱਚ ਸੈਕਿੰਡ ਕੰਟਰੀ ਹੈ ਜਿਹੜਾ, ਤੁਸੀਂ ਉੱਥੇ ਜਾ ਕੇ ਰੈਫਿਊਜੀ ਲਈ ਨਹੀਂ ਅਪਲਾਈ ਕਰ ਸਕਦੇ। ਉਹਦੇ ਲਈ ਮਨਾਹੀ ਆ, ਪਰ ਉਹਦੇ ਲਈ ਕੁਛ ਪ੍ਰਿਵਲੇਜਸ ਨੇ, ਜੇ ਤੁਹਾਡਾ ਕੋਈ ਫੈਮਿਲੀ ਮੈਂਬਰ ਹੈ ਸ਼ਾਇਦ ਤੁਸੀਂ ਉਹਦੇ ਲਈ ਰੈਫਿਊਜੀ ਲਈ ਅਪਲਾਈ ਕਰ ਸਕੋ। ਜੇ ਕੋਈ ਉੱਥੇ ਹੋਰ ਫੈਮਿਲੀ ਮੈਂਬਰ, ਇਮੀਜੀਏਟ ਫੈਮਿਲੀ ਮੈਂਬਰ ਨਹੀਂ ਹੈ, ਤਾਂ ਤੁਸੀਂ ਰੈਫਿਊਜੀ ਲਈ ਸੈਕਿੰਡ ਕੰਟਰੀ ਜਾ ਕੇ ਅਪਲਾਈ ਨਹੀਂ ਕਰ ਸਕਦੇ, ਅਮਰੀਕਾ ਤੋਂ ਕੈਨੇਡਾ, ਕੈਨੇਡਾ ਤੋਂ ਅਮਰੀਕਾ। ਅਤੇ ਇਸ ਤੋਂ ਇਲਾਵਾ ਜਿਹੜੇ ਵਰਕ ਪਰਮਿਟ ਵਗੈਰਾ ਮਿਲਦੇ ਨੇ, ਅਮਰੀਕਾ ਦੇ ਵੀ ਦੀਆਂ ਪੋਲਿਸੀਜ਼ ਨੇ, ਉਹ ਕੈਨੇਡਾ ਨਾਲੋਂ ਵੀ ਡਿਫੀਕਲਟ ਨੇ। ਜੇ ਹੁਣ ਇਲੈਕਸ਼ਨਾਂ ਤੋਂ ਬਾਅਦ ਇਮੀਗ੍ਰੇਸ਼ਨ ਇੱਕ ਮੇਨ ਮੁੱਦਾ ਬਣਦਾ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਮਰੀਕਾ ਦੀਆਂ ਇਮੀਗ੍ਰੇਸ਼ਨ ਪੋਲਿਸੀਜ਼ ਟਫ ਹੋਣਗੀਆਂ। ਅਤੇ ਦੂਜੇ ਪਾਸੇ ਗਰੇਵਾਲ ਸਾਹਿਬ, ਜੇ ਅਸੀਂ ਗੱਲ ਕਰਦੇ ਹਾਂ ਕਿ ਇੱਕ ਪਾਸੇ ਕੈਨੇਡਾ ਸੌਖਾ ਲੱਗਦਾ, ਪਰ ਦੂਜੇ ਪਾਸੇ ਜੇ ਮੈਕਸੀਕੋ ਵਾਲੀ ਸਾਈਡ ਤੋਂ ਆਉਣ ਵਾਲੇ ਪ੍ਰਵਾਸੀਆਂ ਦੀ ਗੱਲ ਕਰੀਏ, ਇਮੀਗ੍ਰੈਂਟਸ ਦੀ ਗੱਲ ਕਰੀਏ, ਜਿਹੜੇ ਅਮਰੀਕਾ ਵਿੱਚ ਦਾਖਲ ਹੋ ਰਹੇ ਆ, ਹਾਲਾਂਕਿ ਪਿੱਛੇ ਜੋ ਬਾਈਡਨ ਹੋਣ ਦੇ ਪ੍ਰਸ਼ਾਸਨ ਨੇ ਇਹ ਨੀਤੀ ਵੀ ਬਣਾ ਦਿੱਤੀ ਸੀ ਕਿ ਇੱਕ ਦਿਨ ਦੇ ਵਿੱਚ ਆਹ ਨੰਬਰ ਰੱਖਿਆ ਜਾਏਗਾ, ਉਸ ਤੋਂ ਜ਼ਿਆਦਾ ਲੋਕਾਂ ਨੂੰ ਅੰਦਰ ਨਹੀਂ ਲਿਆ ਜਾਵੇਗਾ, ਭਾਵੇਂ ਉਹਨਾਂ ਰਿਫਿਊਜੀ ਕਲੇਮ ਕਰਨਾ ਜਾਂ ਕੁਛ ਹੋਰ, ਅਤੇ ਉਸ ਤੋਂ ਵਾਧੂ ਜਿੰਨੇ ਲੋਕ ਹੋਣਗੇ
ਕਿ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਵੇਗਾ। ਹੁਣ ਕਿਉਂਕਿ ਚੋਣਾਂ ਦਾ ਮਾਹੌਲ ਹੈ, 5 ਨਵੰਬਰ ਨੂੰ ਚੋਣਾਂ ਹੋਣੀਆਂ ਨੇ, ਅਤੇ ਜੇਕਰ ਡੋਨਲਡ ਟਰੰਪ ਵਾਪਸ ਸੱਤਾ ਵਿੱਚ ਆਉਂਦੇ ਨੇ ਤਾਂ ਉਹਨਾਂ ਨੂੰ ਭਲੀ ਭਾਂਤ ਸਾਰੇ ਹੀ ਜਾਣਦੇ ਨੇ ਕਿ ਇਮੀਗ੍ਰੇਸ਼ਨ ਨਾਲ ਸੰਬੰਧਿਤ ਉਹਨਾਂ ਦਾ ਨਜ਼ਰੀਆ ਜਿਹੜਾ ਉਹ ਕਿੰਨਾ ਸਖ਼ਤ ਹੈ। ਇਹ ਜੋ ਸਥਿਤੀਆਂ ਪੈਦਾ ਹੋ ਰਹੀਆਂ ਨੇ ਖਾਸ ਕਰਕੇ ਮੈਕਸੀਕੋ ਵਾਲੇ ਪਾਸਿਓਂ, ਇਹਨੂੰ ਕਿਸ ਨਜ਼ਰੀਏ ਨਾਲ ਦੇਖਿਆ ਜਾਊਗਾ ਆਉਂਦੇ ਦਿਨਾਂ ਵਿੱਚ, ਅਤੇ ਹੁਣ ਮੌਜੂਦਾ ਸਮੇਂ ਵਿੱਚ ਕੈਨੇਡਾ ਦੇ ਨਾਲ ਜੇ ਕੰਪੇਅਰ ਕਰਨਾ ਹੋਵੇ ਤਾਂ? ਬਿਲਕੁਲ, ਦੇਖੋ ਜਿਹੜਾ ਮੈਕਸੀਕੋ ਦੇ ਨਾਲ ਰਲਦਾ ਲੱਗਦਾ ਅਮਰੀਕਾ ਦਾ ਬਾਰਡਰ ਹੈ, ਸਾਊਥ ਬਾਰਡਰ ਆਫ ਯੂ ਐੱਸ, ਉਹ ਕਾਫੀ ਲੰਬੇ ਸਮੇਂ ਤੋਂ ਖਬਰਾਂ ਦੇ ਵਿੱਚ ਹੈ। ਕੈਨੇਡਾ ਦੀ ਇਮੀਗ੍ਰੇਸ਼ਨ ਸਥਿਤੀ ਹੈ ਜਿਹੜੀ, ਜਾਂ ਬਾਰਡਰ ਕੈਨੇਡਾ ਅਮਰੀਕਾ ਦਾ, ਉਹ ਤਾਂ ਹੁਣੇ ਖਬਰਾਂ ਦੇ ਵਿੱਚ ਆਇਆ ਨਾ ਜ਼ਿਆਦਾ। ਮੈਕਸੀਕੋ ਦੇ ਵਿੱਚ ਜਿਹੜਾ ਬਾਰਡਰ ਹੈ ਉੱਥੇ ਇਕੱਲੇ ਭਾਰਤੀ ਇਨਵੋਲਵਡ ਨਹੀਂ, ਕਿਉਂਕਿ ਆਮ ਤੌਰ 'ਤੇ ਕੈਨੇਡਾ ਦੇ ਵਿੱਚ ਇੱਕ ਇਹ ਵੀ ਖਿਆਲ ਪ੍ਰਚਲਿਤ ਰਹਿੰਦਾ ਕਿ ਭਾਰਤੀ ਜ਼ਿਆਦਾ ਆ ਗਏ ਅਤੇ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਪੋਲਿਸੀ ਬੜੀ ਰਿਲੈਕਸਡ ਹੈ, ਇਸ ਕਰਕੇ ਅਮਰੀਕਾ ਖਫਾ, ਯੂਕੇ ਇਸ ਕਰਕੇ ਪੋਲਿਸੀਆਂ ਚੇਂਜ ਕਰ ਰਿਹਾ। ਹੁਣ ਜਿਹੜੇ ਮੈਂ ਤੁਹਾਡੇ ਨਾਲ ਅੰਕੜੇ ਸ਼ੇਅਰ ਕਰਨ ਜਾ ਰਿਹਾ ਉਹ ਦੂਸਰੀ ਸਥਿਤੀ ਦੱਸਦੇ ਨੇ, ਇਕੱਲੇ ਕੈਨੇਡਾ ਦਾ ਕਸੂਰ ਨਹੀਂ ਹੈ। ਦੇਖੋ ਮੈਕਸੀਕੋ ਦੇ ਵਿੱਚ ਜਿਹੜੇ ਚਾਈਨੀਜ਼ ਨੈਸ਼ਨਲ ਨੇ ਉਹਨਾਂ ਨੂੰ 5070 ਟੈਂਪਰਰੀ ਰੈਜੀਡੈਂਟ ਵੀਜ਼ੇ ਇਸ਼ੂ ਕੀਤੇ ਗਏ, ਜਿਹੜੇ ਪਹਿਲੇ ਸਾਲ ਨਾਲੋਂ ਦੁੱਗਣੇ ਨੇ ਜੀ। ਚਾਈਨਾ ਇਸ ਵੇਲੇ ਜਿਹੜਾ ਮੈਕਸੀਕੋ ਦਾ ਬਾਰਡਰ ਆ ਅਮਰੀਕਾ ਦੇ ਨਾਲ, ਉੱਥੇ ਤੀਜੇ ਨੰਬਰ 'ਤੇ ਚਾਈਨੀਜ਼ ਨੈਸ਼ਨਲ ਨੇ ਜਿਹੜੇ ਫੜੇ ਜਾਂਦੇ ਨੇ ਯੂ ਐੱਸ ਏ ਦੇ ਵਿੱਚ ਅਤੇ ਕੋਲੰਬੀਆ ਦੇ ਨਾਲੋਂ ਮੈਕਸੀਕੋ ਦੇ ਬਾਰਡਰ ਦੇ ਉੱਤੇ। ਮੈਕਸੀਕੋ ਦੇ ਵਿੱਚ ਜਿਹੜੇ ਟ੍ਰਾਂਜ਼ਿਟ ਪੁਆਇੰਟ ਨੇ ਉਹਨਾਂ ਦੇ ਵਿੱਚ ਅਸਾਈਲਮ ਲਈ ਅਪਲਾਈ ਕਰਦੇ ਨੇ, ਉਹਨਾਂ ਦੇ ਵਿੱਚ ਚੀਨੀਆਂ ਨੂੰ, ਚਾਈਨੀਜ਼ ਨੈਸ਼ਨਲ ਨੂੰ ਜਿਹੜਾ ਅਸਾਈਲਮ ਦਾ ਸਕਸੈਸ ਰੇਟ ਆ ਉਹ 33% ਆ 2022 ਦੇ ਵਿੱਚ, ਅਤੇ ਬਾਕੀ ਨੈਸ਼ਨਲਜ਼ ਦੇ ਲਈ 46% ਰਿਹਾ। ਹੁਣ ਆਹ ਦੇਖੋ ਕਿੰਨੀ ਆਹ ਫਿਗਰ ਕਿੱਦਾਂ ਦੀ ਹੈ। ਯੂ ਐੱਸ ਏ ਮੈਕਸੀਕੋ ਬਾਰਡਰ ਦੇ ਉੱਤੇ ਬਾਰਡਰ ਪੈਟਰੋਲ ਨੇ 2023 ਦੇ ਵਿੱਚ ਜਨਵਰੀ ਤੋਂ ਲੈ ਕੇ ਸਪਤੰਬਰ ਮਹੀਨੇ ਤੱਕ 22,187 ਚਾਈਨੀਜ਼ ਨੈਸ਼ਨਲ ਫੜੇ ਨੇ, ਜਿਹੜੇ ਇਲੀਗਲੀ ਮੈਕਸੀਕੋ ਤੋਂ ਅਮਰੀਕਾ ਆਉਂਦੇ ਸੀ ਜੀ। ਇਹ 2022 ਨਾਲੋਂ 13 ਗੁਣਾ ਵੱਡੀ ਫਿਗਰ ਹੈ। 4,010 ਇਕੱਲੇ ਸਪਤੰਬਰ ਮਹੀਨੇ ਦੇ ਵਿੱਚ ਫੜੇ ਨੇ, ਜਿਹੜੇ ਅਗਸਤ ਮਹੀਨੇ ਨਾਲੋਂ 70% ਵੱਧ ਨੇ। ਸੋ ਇਹ ਫਿਗਰ ਤੁਹਾਨੂੰ ਇਹ ਦੱਸ ਰਹੀਆਂ ਨੇ ਕਿ ਇਕੱਲੇ ਇੰਡੀਅਨ ਅਤੇ ਕਿੰਨੇ ਕੈਨੇਡਾ ਦੀ ਇਮੀਗ੍ਰੇਸ਼ਨ ਹੀ ਕੁਐਸਚਨ ਮਾਰਕ ਨਹੀਂ ਹੈ। ਮੈਕਸੀਕੋ ਦੇ ਵਿੱਚ ਚਾਈਨੀਜ਼ ਜਿਹੜੇ ਅਮਰੀਕਾ ਨੂੰ ਆਉਂਦੇ ਨੇ ਉਹ ਵੀ ਇੱਕ ਬੜਾ ਵੱਡਾ ਫੈਕਟਰ ਹੈ, ਅਤੇ ਇਨਫੈਕਟ ਕੈਨੇਡਾ ਦੇ ਵਿੱਚ ਜਿਹੜੇ ਇੰਡੀਅਨ ਇਲੀਗਲੀ ਕ੍ਰੋਸ ਕਰਦੇ ਨੇ ਉਹਨਾਂ ਨਾਲੋਂ ਵੀ ਵੱਡੀ ਮੈਗਨੀਚਿਊਡ ਦੇ ਵਿੱਚ, ਨੰਬਰਾਂ ਦੇ ਵਿੱਚ ਵੱਡੀ ਫਿਗਰ ਆ। ਹੁਣ ਜੇ ਦੇਖਿਆ ਜਾਵੇ ਤਾਂ ਅਸੀਂ ਇੱਕ ਹੋਰ ਤੁਹਾਨੂੰ ਇੱਕ ਚੀਜ਼ ਦੱਸਦਾ ਕਿ ਚਾਈਨੀਜ਼ ਨੈਸ਼ਨਲ ਦੇ ਲਈ ਸਾਰਿਆਂ ਨੂੰ ਵੱਡਾ ਰੂਟ ਹੈ ਜਿਹੜਾ ਅਮਰੀਕਾ ਆਉਣ ਦੇ ਲਈ ਇਲੀਗਲ ਤਰੀਕੇ ਦੇ ਨਾਲ, ਉਹ ਇਕਵਾਡੋਰ ਕੰਟਰੀ ਹੈ। ਇਕਵਾਡੋਰ ਦੇ ਵਿੱਚ ਚਾਈਨੀਜ਼ ਜੇ ਆਉਂਦੇ ਨੇ ਤਾਂ ਉਹਨਾਂ ਨੂੰ ਵੀਜ਼ੇ ਦੀ ਲੋੜ ਨਹੀਂ। ਇਹਦਾ ਮਤਲਬ ਇਹ ਹੈ ਕਿ ਵੀਜ਼ੇ ਤੋਂ ਬਿਨਾਂ ਚਾਈਨੀਜ਼ ਇਕਵਾਡੋਰ 'ਚ ਆ ਜਾਂਦੇ ਨੇ, ਇਕਵਾਡੋਰ ਤੋਂ ਬਾਕੀ ਕੰਟਰੀਜ਼ ਕ੍ਰੋਸ ਕਰਦੇ ਹੋਏ, ਜਿੱਦਾਂ ਹੁਣ ਇੰਡੀਅਨ ਜਾਂਦੇ ਨੇ ਕਈ ਮੈਕਸੀਕੋ ਦੇ ਵਿੱਚ, ਅਤੇ ਫਿਰ ਜਾਂ ਬਾਕੀ ਦੇ ਕੰਟਰੀਆਂ 'ਚ, ਪੈਨਾਮਾ 'ਚ, ਇਕਵਾਡੋਰ 'ਚ ਜਾਂ ਹੋਰ ਐਲ ਸੈਲਵੇਡੋਰ 'ਚ, ਉੱਥੋਂ ਅਮਰੀਕਾ ਆਉਂਦੇ ਨੇ। ਡੋਂਕੀ ਤੁਸੀਂ ਸੁਣਿਆ, ਡੋਂਕੀ ਦੀ ਗੱਲ, ਅਤੇ ਉਹਦੇ 'ਚ ਮੂਵੀ ਵੀ ਬਣੀ ਹੈ। ਅਤੇ ਪਰ ਜਦੋਂ ਚਾਈਨੀਜ਼ ਆਉਂਦੇ ਨੇ, ਚਾਈਨੀਜ਼ ਇੱਕ ਜਗ੍ਹਾ ਦਾ ਨਾਮ ਆ ਡੈਰੀਅਨ, ਲੈਟਿਨ ਅਮੈਰੀਕਾ ਦੇ ਵਿੱਚ ਜਦੋਂ ਪੈਨੀਟ੍ਰੇਟ ਕਰਦੇ ਨੇ ਬਾਰਡਰ ਦੇ ਉੱਤੇ ਸੈਂਟਰਲ ਅਮੈਰੀਕਾ ਦੇ ਵਿੱਚੋਂ, ਤਾਂ ਡੈਰੀਅਨ ਇੱਕ ਜਗ੍ਹਾ ਵਾ ਜਿੱਥੋਂ ਦੀ ਕ੍ਰੋਸ ਕਰਦੇ ਨੇ। ਚਾਈਨੀਜ਼ ਦੇ ਵਿੱਚ ਆਪਣੀ ਭਾਸ਼ਾ ਦੇ ਵਿੱਚ ਉਸ ਜਗ੍ਹਾ ਦਾ ਨਾਂ ਰੱਖਿਆ, ਉਹਨਾਂ ਨੇ ਵਾਕ ਲਾਈਨ ਉਹਨੂੰ ਕਹਿੰਦੇ ਨੇ ਜ਼ੋਗਜ਼ੀਆਂਗ ਉਹਨਾਂ ਦੀ ਭਾਸ਼ਾ ਦੇ ਵਿੱਚ। ਅਤੇ ਮਹੀਨੇ ਦੇ ਵਿੱਚ ਚਾਈਨੀਜ਼ ਜਿਹੜੇ ਡੈਰੀਅਨ ਦੇ ਥਰੂ ਕ੍ਰੋਸ ਕਰਦੇ ਨੇ, ਜਨਵਰੀ 'ਚ ਸੀਗੇ 913 ਅਤੇ ਸਤੰਬਰ ਮਹੀਨੇ ਦੇ ਵਿੱਚ 2588 ਜੀ। ਸੋ ਤੁਸੀਂ ਦੇਖ ਸਕਦੇ ਹੋ ਕਿ ਚਾਈਨੀਜ਼ ਇਕਵਾਡੋਰ ਨੂੰ ਯੂਜ਼ ਕਰਦੇ ਹੋਏ ਕਿਸ ਤਰੀਕੇ ਦੇ ਨਾਲ ਫਿਗਰ। ਇਸੇ ਤਰ੍ਹਾਂ ਹੀ ਪੈਨਾਮਾ, ਪੈਨਾਮੀਅਨ ਅਥਾਰਟੀਜ਼ ਨੇ
15,567 ਚਾਈਨੀਜ਼ 2024 ਦੇ ਪਹਿਲੇ 9 ਮਹੀਨਿਆਂ ਦੇ ਵਿੱਚ ਫੜੇ ਨੇ ਡੈਰੀਅਨ ਕ੍ਰੋਸਿੰਗ ਦੇ ਉੱਤੇ। 2005 ਚਾਈਨੀਜ਼ ਨੇ ਜਿਹੜੇ ਉਹ ਰੇਨ ਫੋਰੈਸਟ ਵਿੱਚ ਦੀ 2022 ਦੇ ਵਿੱਚ ਫੜੇ ਗਏ ਨੇ ਜਿਹੜੇ ਟਰੈਵਲ ਕਰਦੇ ਸੀ। ਤੇ ਜੇ ਹੁਣ ਇਹਨੂੰ ਫਿਗਰ ਨੂੰ ਪੁਰਾਣੀ ਫਿਗਰਾਂ ਨਾਲ ਕੰਪੇਅਰ ਕਰੀਏ, 2010 ਤੋਂ 2021 ਤੱਕ ਸਿਰਫ 376 ਚਾਈਨੀਜ਼ ਫੜੇ ਗਏ ਜੀ, 2022 ਦੇ ਵਿੱਚ 2005। 98% ਜਿਹੜੇ ਚਾਈਨੀਜ਼ ਨੇ ਕ੍ਰੋਸ ਕਰਦੇ ਨੇ ਉਹ ਸੈਂਡੀਆਗੋ ਬਾਰਡਰ ਦੇ ਨੇੜੇ ਤੇੜੇ ਦੀ ਕਰਦੇ ਨੇ, ਅਤੇ ਚਾਈਨੀਜ਼ ਪੇ ਕਰਦੇ ਨੇ ਜਿਹੜੇ ਲੋਕ ਉਹਨਾਂ ਨੂੰ ਨਿਗਾਉਂਦੇ ਨੇ 41,000 ਅਮਰੀਕਨ ਡਾਲਰਾਂ ਤੋਂ ਲੈ ਕੇ 56,000 ਅਮਰੀਕਨ ਡਾਲਰ। ਯੂਨਾਈਟਡ ਨੇਸ਼ਨ ਦੀਆਂ ਫਿਗਰਸ ਇਹ ਕਹਿੰਦੀਆਂ ਨੇ ਕਿ ਚਾਈਨਾ ਲੂਜ਼ ਕਰੂਗਾ 3,10,000 ਲੋਕ ਜਿਹੜੇ ਉੱਥੋਂ ਛੱਡ ਕੇ ਇਮੀਗ੍ਰੇਸ਼ਨ ਲਈ ਬਾਹਰ ਜਾਣਗੇ। 2012 'ਚ ਇਹ ਫਿਗਰ 1,20,000 ਸੀ, ਤਿੰਨ ਗੁਣਾ ਹੋ ਗਈ। ਸੋ ਕਹਿਣ ਦਾ ਭਾਵ ਕਿ ਇਕੱਲੇ ਇੰਡੀਅਨਸ ਅਤੇ ਕੈਨੇਡਾ ਨੂੰ ਬਲੇਮ ਕਰਨ ਦੀ ਬਜਾਏ ਜੇ ਅਸੀਂ ਓਵਰਆਲ ਦੇਖਦੇ ਹਾਂ ਦੁਨੀਆ ਦੇ ਵਿੱਚ, ਤਾਂ ਹੁਣ ਤੁਸੀਂ ਦੇਖਿਆ ਕਿ ਇੰਗਲਿਸ਼ ਚੈਨਲ ਦੇ ਵਿੱਚ ਪਿੱਛੇ ਜਿਹੇ ਕੁਛ ਵਿਅਕਤੀ ਬੋਟ, ਉਹਨਾਂ ਦੇ ਵਿੱਚ ਬੋਟ ਦੀ ਕਪੈਸਿਟੀ ਘੱਟ ਸੀ ਅਤੇ ਉਹਦੇ 'ਤੇ ਜ਼ਿਆਦਾ ਵਿਅਕਤੀ ਇੰਗਲਿਸ਼ ਚੈਨਲ ਦੇ ਵਿੱਚ UK ਆਉਣ ਦੇ ਲਈ ਕ੍ਰੋਸ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਬੋਟ ਦੇ ਵਿੱਚੋਂ ਕਾਫੀ 22 ਜਾਂ 24 ਵਿਅਕਤੀ ਮਾਰੇ ਵੀ ਗਏ। ਇਸੇ ਤਰ੍ਹਾਂ ਅਸੀਂ ਹੋਰ ਵੀ ਬੜੀਆਂ ਖਬਰਾਂ ਸੁਣੀਆਂ ਨੇ। ਸੋ ਇਹ ਜਿਹੜੀ ਪ੍ਰੋਬਲਮ ਹੈ ਇਹ ਗਲੋਬਲ ਪ੍ਰੋਬਲਮ ਹੈ, ਇਹਦੇ 'ਤੇ ਗਲੋਬਲ ਐਫਰਟਸ ਦੀ ਜ਼ਰੂਰਤ ਹੈ, ਇਕੱਲੇ ਕੈਨੇਡਾ ਨੂੰ ਅਤੇ ਇੰਡੀਅਨਸ ਨੂੰ ਬਲੇਮ ਕਰਨ ਦੀ ਜ਼ਰੂਰਤ ਨਹੀਂ ਜੀ। ਬਿਲਕੁਲ, ਇੱਕ ਸੁਨਹਿਰੇ ਭਵਿੱਖ, ਇੱਕ ਚੰਗੇ ਭਵਿੱਖ ਦੀ ਤਲਾਸ਼ ਵਿੱਚ ਲੋਕ ਆਪੋ ਆਪਣੇ ਘਰਾਂ ਤੋਂ ਨਿਕਲ ਕੇ ਦੂਜੇ ਦੇਸ਼ਾਂ ਵੱਲ ਨੂੰ ਚਾਲੇ ਪਾਉਂਦੇ ਆ, ਅਤੇ ਇਹ ਵਰਤਾਰਾ ਕੋਈ ਅੱਜ ਦਾ ਨਹੀਂ, ਦਹਾਕਿਆਂ ਦਾ, ਸਦੀਆਂ ਦਾ ਵਰਤਾਰਾ, ਅਤੇ ਜਿਹੜਾ ਆਉਂਦੇ ਸਾਲਾਂ 'ਚ ਵੀ ਹਮੇਸ਼ਾ ਜਾਰੀ ਰਹਿਣਾ। ਹੁਣ ਜੇਕਰ ਭਾਰਤ ਤੋਂ ਆਉਣ ਵਾਲੇ ਜਿਹੜੇ ਲੋਕ ਨੇ ਜਿਹੜੇ ਕੈਨੇਡਾ ਆਉਣਾ ਚਾਹੁੰਦੇ ਆ ਜਾਂ ਇੱਥੇ ਆ ਕੇ ਸੈਟਲ ਹੋਣਾ ਚਾਹੁੰਦੇ ਆ, ਉਹਨਾਂ ਦੇ ਮਨ ਵਿੱਚ ਇੱਕ ਸ਼ੰਕਾ ਜਿਹੜਾ ਉਹ ਹੁਣ ਲਗਾਤਾਰ ਹੈ ਕਿ ਕੀ ਵਾਕਿਆ ਹੀ ਕੈਨੇਡਾ ਜਾਣਾ ਸਹੀ ਫੈਸਲਾ ਹੋਵੇਗਾ ਜਾਂ ਨਹੀਂ। ਹੁਣ ਕਿਉਂਕਿ ਇੱਥੇ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਸਿਆਸੀ ਤੌਰ 'ਤੇ, ਗਰੇਵਾਲ ਸਾਹਿਬ, ਜੋ ਅੱਜ ਦੇ ਹਾਲਾਤ ਲੱਗ ਰਹੇ ਆ, ਜਿਵੇਂ ਕਿ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਜਿਹੜੀ ਹੈ ਉਹ ਬਾਕੀ ਸਿਆਸੀ ਧਿਰਾਂ ਨਾਲੋਂ ਅੱਗੇ ਚੱਲ ਰਹੀ ਹੈ, ਅਤੇ ਕੰਜ਼ਰਵੇਟਿਵ ਪਾਰਟੀ ਜਦੋਂ ਪਹਿਲਾਂ ਵੀ ਸੱਤਾ ਵਿੱਚ ਆਉਂਦੀ ਰਹੀ ਹੈ, ਇਮੀਗ੍ਰੇਸ਼ਨ ਸੰਬੰਧੀ ਉਹਨਾਂ ਦੀਆਂ ਪਾਲਿਸੀਜ਼ ਜਿਹੜੀਆਂ ਨੇ ਲਿਬਰਲ ਸਰਕਾਰਾਂ ਨਾਲੋਂ ਜਿਹੜੀਆਂ ਨੇ ਉਹ ਬਿਲਕੁਲ ਥੋੜ੍ਹੀ ਵੱਖ ਰਹੀਆਂ ਨੇ, ਸਖਤ ਰਹੀਆਂ ਨੇ। ਤੁਹਾਨੂੰ ਲੱਗਦਾ ਕਿ ਜੇ ਹੁਣ ਚੋਣਾਂ ਹੋ ਜਾਂਦੀਆਂ ਜਿਸ ਤਰ੍ਹਾਂ ਦੇ ਮਾਹੌਲ ਬਣ ਚੁੱਕਾ ਕੈਨੇਡਾ ਵਿੱਚ, ਅਤੇ ਇਮੀਗ੍ਰੇਸ਼ਨ ਵਾਸਤੇ ਦਰਵਾਜ਼ੇ ਜਿਹੜੇ ਆ ਉਹ ਜੇਕਰ ਕੰਜ਼ਰਵੇਟਿਵ ਸੱਤਾ ਵਿੱਚ ਆਉਂਦੇ ਨੇ ਤਾਂ ਉਹ ਭੇੜ ਦੇਣਗੇ ਜਾਂ ਉਹਨੂੰ ਟਾਈਟ ਕਰ ਦੇਣਗੇ ਜਾਂ ਉਹਨਾਂ ਦਾ ਰਸਤਾ ਹੋਰ ਸੰਕੀਰਾ ਕਰ ਦੇਣਗੇ, ਤੰਗ ਕਰ ਦੇਣਗੇ। ਬਿਲਕੁਲ, ਦੇਖੋ ਆਉਣ ਵਾਲੇ ਕੁਛ ਸਾਲਾਂ ਦੇ ਲਈ ਇਮੀਗ੍ਰੇਸ਼ਨ ਟਫ ਹੋਏਗੀ, ਜੋ ਇਸ ਵੇਲੇ ਮੌਜੂਦਾ ਹਾਲਤ ਨੇ, ਚਾਹੇ ਅਮਰੀਕਾ ਦੇ ਪੋਲੀਟੀਕਲ ਅਰੀਨਾ ਦੇ ਉੱਤੇ ਜਾਂ ਯੂਰਪ ਦੇ ਵਿੱਚ ਰਾਈਟ ਵਿੰਗ ਦੀ ਜਿਹੜੀ ਵੇਵ ਚੱਲੀ ਹੋਈ ਹੈ ਜਾਂ ਆਸਟ੍ਰੇਲੀਆ ਨਿਊਜ਼ੀਲੈਂਡ 'ਚ ਜੋ ਕੁਛ ਹੋਇਆ, ਅਤੇ ਉਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇਮੀਗ੍ਰੇਸ਼ਨ ਟਫ ਹੋਏਗੀ, ਚਾਹੇ ਕੈਨੇਡਾ, USA ਜਾਂ ਬਾਕੀ ਕੰਟਰੀਜ਼ ਨੇ। ਮੇਰੀ ਐਜ਼ ਇੱਕ ਇਮੀਗ੍ਰੇਸ਼ਨ ਕੰਸਲਟੈਂਟ, ਇਫੈਕਟਿਵ, ਐਫੀਸ਼ੀਐਂਟ ਅਤੇ ਐਥੀਕਲ ਇਮੀਗ੍ਰੇਸ਼ਨ ਕੰਸਲਟੈਂਟ ਦੇ ਤੌਰ 'ਤੇ ਮੈਂ ਇੱਕ ਜੇ ਐਡਵਾਈਸ ਦੇਣੀ ਹੋਵੇ ਪ੍ਰੋਸਪੈਕਟਿਵ ਇਮੀਗ੍ਰੈਂਟਸ ਨੂੰ, ਇਹ ਕਹਿ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਮੀਗ੍ਰੇਸ਼ਨ ਤਾਂ ਜ਼ਰੂਰ ਟਫ ਹੋਏਗੀ ਪਰ ਬਿਲਕੁਲ ਬੰਦ ਨਹੀਂ ਹੋਏਗੀ। ਇਹਦਾ ਮਤਲਬ ਇਹ ਹੈ ਕਿ ਫਰੰਟ ਡੋਰ ਥਾਈਂ ਦੀ ਤੁਹਾਨੂੰ ਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਬੈਕ ਡੋਰ, ਵਿੰਡੋਜ਼, ਰੋਸ਼ਨਦਾਨਾਂ ਥਾਈਂ ਦੀ ਦੇਸ਼ਾਂ ਦੇ ਵਿੱਚ ਜਾਣ ਦੀ ਲੋੜ ਨਹੀਂ। ਫਰੰਟ ਡੋਰ ਦੇ ਵਿੱਚ ਦੀ ਜਾਣ ਦੇ ਲਈ ਵੀ ਸਾਧਨ ਖੁੱਲ੍ਹੇ ਰਹਿਣਗੇ। ਇਸ ਕਰਕੇ ਜਿਹੜੇ ਕੋਈ ਵੀ ਇਮੀਗ੍ਰੇਸ਼ਨ ਦੇ ਚਾਹਵਾਨ ਨੇ ਇਹਨਾਂ ਦੇਸ਼ਾਂ ਦੇ ਵਿੱਚ ਆਉਣ ਲਈ, ਉਹਨਾਂ ਨੂੰ ਵਧੀਆ ਇਮੀਗ੍ਰੇਸ਼ਨ ਦੀ ਐਡਵਾਈਸ ਲੈਣੀ ਚਾਹੀਦੀ ਹੈ, ਪ੍ਰੋਪਰ ਕੰਸਲਟੈਂਟ ਜਿਹੜੇ ਆਥੋਰਾਈਜ਼ ਨੇ, ਲਾਇਸੈਂਸ ਨੇ ਗਵਰਨਮੈਂਟ ਦੇ, ਉਹਨਾਂ ਕੋਲ ਜਾਣਾ ਚਾਹੀਦਾ, ਅਤੇ ਗਲਤ ਜਗ੍ਹਾ 'ਤੇ ਜਾ ਕੇ ਪੈਸੇ ਖਰਾਬ ਕਰਕੇ ਗਲਤ ਤਰੀਕੇ ਨਾਲ ਇਮੀਗ੍ਰੇਸ਼ਨ ਹੈ ਜਿਹੜੀ, ਉਹਦੇ 'ਤੇ ਗਵਰਨਮੈਂਟਾਂ ਦੀ ਸਖਤਾਈ ਹੋਏਗੀ, ਬਾਰਡਰ ਕੰਟਰੋਲ ਜ਼ਿਆਦਾ ਹੋਣਗੇ। ਇਸ ਕਰਕੇ
ਉਹਨਾਂ ਦੇ ਉੱਤੇ ਗੌਰ ਰੱਖਦੇ ਹੋਏ ਪ੍ਰੋਪਰ ਤਰੀਕੇ ਦੇ ਨਾਲ ਇਮੀਗ੍ਰੇਸ਼ਨ ਲੈਣ ਦੀ ਉਹਨਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਬਿਲਕੁਲ, ਬਹੁਤ ਸਾਰੀਆਂ ਉਦਾਹਰਨਾਂ ਗਰੇਵਾਲ ਸਾਹਿਬ ਆਪਣੇ ਤੱਕ ਪਹੁੰਚਦੀਆਂ ਨੇ। ਮੈਂ ਪਿੱਛੇ ਸ਼ਾਇਦ ਤੁਹਾਡੇ ਨਾਲ ਇੱਕ ਗੱਲ ਸਾਂਝੀ ਵੀ ਕੀਤੀ ਸੀ ਕਿ ਮੈਨੂੰ ਕਿਸੇ ਜਾਣੂ ਦੀ ਕਾਲ ਆਈ, ਕਹਿੰਦਾ ਕਿ ਮੈਂ ਉੱਥੋਂ ਇੰਡੀਆ ਤੋਂ ਆ ਗਿਆ ਇੱਥੇ ਵਿਜ਼ਟਰ ਅਤੇ ਹੁਣ ਮੈਨੂੰ ਵਰਕ ਪਰਮਿਟ ਚਾਹੀਦਾ। ਉਮਰ ਉਹਦੀ ਲਗਭਗ 50 ਸਾਲ ਦੇ ਕਰੀਬ ਹੋ ਗਈ। ਕਹਿੰਦਾ ਕਿਸੇ ਨੂੰ 11-12 ਲੱਖ ਰੁਪਈਆ ਦਿੱਤਾ, ਅਤੇ ਮੈਂ ਕਿਹਾ ਇਹ ਤਾਂ ਤੂੰ ਬਹੁਤ ਗਲਤ ਕੀਤਾ, ਇਹਨੂੰ ਚੰਗਾ ਤੂੰ ਆਪਣੇ ਬੱਚੇ ਨੂੰ ਉਹੀ ਪੈਸੇ ਦੇ ਕੇ ਉਹਨੂੰ ਬਤੌਰ ਵਿਦਿਆਰਥੀ ਭੇਜ ਦਿੰਦਾ, ਅਤੇ ਉਹਦੇ ਵਾਸਤੇ ਰਸਤਾ ਫਿਰ ਵੀ ਕੁਛ ਆਸਾਨ ਸੀ। ਇਹ ਜਿਹੜੀ ਸਥਿਤੀ ਪੈਦਾ ਹੋਈ ਹੈ ਕਿ ਜਿਹੜਾ ਸਿਰਫ ਵਿਜ਼ਟਰ ਦੇ ਤੌਰ 'ਤੇ ਲੱਖਾਂ ਰੁਪਈਆ ਫੜਾ ਦਿੰਦੇ ਆ, ਇਸ ਸਥਿਤੀ ਵਿੱਚ ਤੁਹਾਨੂੰ ਲੱਗਦਾ ਕਿ ਉਹਨਾਂ ਦਾ ਭਵਿੱਖ ਸੁਰੱਖਿਅਤ ਹੈ ਇੱਥੇ ਕੈਨੇਡਾ ਵਿੱਚ? ਨਹੀਂ, ਭਵਿੱਖ ਉਸ ਜਿਹੜੇ ਤਰੀਕੇ ਨਾਲ ਲੋਕ ਆਉਂਦੇ ਨੇ ਉਹਨਾਂ ਦਾ ਸੁਰੱਖਿਅਤ ਨਹੀਂ ਹੈ। ਮੇਰੇ ਕੋਲ ਬੜੇ ਕੇਸਿਸ ਆਉਂਦੇ ਨੇ, ਮੈਂ ਦੇਖੇ ਨੇ ਕਿ ਉੱਥੋਂ ਜਿਹੜੇ ਬਾਹਰਲੇ ਦੇਸ਼ਾਂ ਤੋਂ ਲੋਕ ਪੈਸੇ ਲੈ ਕੇ ਫਾਰਮ ਭਰਦੇ ਨੇ, ਉਹ ਨਕਲੀ ਡਾਕੂਮੈਂਟ ਲਾ ਦਿੰਦੇ ਨੇ ਜਾਂ ਉਹਨਾਂ ਲਈ ਇੱਦਾਂ ਦੀ ਇਨਫੋਰਮੇਸ਼ਨ ਐਡ ਕਰ ਦਿੰਦੇ ਨੇ। ਫਾਰ ਐਗਜ਼ਾਮਪਲ ਕਿ ਕੋਈ ਵਿਅਕਤੀ ਕੁਆਰਾ ਅਤੇ ਉਹ ਕੈਨੇਡਾ ਆਉਣਾ ਚਾਹੁੰਦਾ, ਉਹਨੂੰ ਵੀਜ਼ਾ ਔਖਾ ਮਿਲਦਾ, ਇਸ ਕਰਕੇ ਉੱਥੇ ਲਿਖ ਦਿੰਦੇ ਨੇ ਕਿ ਮੈਰਿਡ ਆ, ਇਹਦੇ ਬੱਚੇ ਵੀ ਨੇ। ਜਦੋਂ ਉਹ ਵਿਅਕਤੀ ਨੂੰ ਪਤਾ ਨਹੀਂ ਹੁੰਦਾ ਇੱਥੇ ਆ ਕੇ ਵਿਆਹ ਕਰਾਉਂਦਾ, ਤਾਂ ਉਹ ਇਮੀਗ੍ਰੇਸ਼ਨ ਵਾਲੇ ਨੂੰ ਦੱਸਦੇ ਨੇ ਕਿ ਤੂੰ ਤਾਂ ਭਾਈ ਪਹਿਲਾਂ ਵਿਆਹਿਆ ਹੋਇਆ। ਉਹਦੇ ਲਈ ਇਹ ਸਰਪ੍ਰਾਈਜ਼ ਹੁੰਦੀ ਹੈ, ਫਿਰ ਉਹਨੂੰ ਮਿਸਰੈਪ੍ਰਜੈਂਟੇਸ਼ਨ ਲਾ ਕੇ ਕੰਟਰੀ 'ਚੋਂ ਬੈਨ ਕੀਤਾ ਜਾਂਦਾ ਲੰਬੇ ਸਮੇਂ ਲਈ। ਇੱਦਾਂ ਦੀਆਂ ਹਰਕਤਾਂ ਨੇ ਜਿਹੜੀਆਂ, ਜਾਂ ਨਕਲੀ ਡਾਕੂਮੈਂਟ ਲੱਗੇ ਨੇ ਫੜੇ ਜਾਂਦੇ ਨੇ, ਕੈਨੇਡਾ 'ਚ ਤਾਂ ਐਂਟਰ ਭਾਵੇਂ ਕਰ ਜਾਂਦੇ ਨੇ, ਬਾਅਦ 'ਚ ਫਿਰ ਉਹਨਾਂ ਨੂੰ ਜ਼ਿੰਦਗੀ ਭਰ ਪਛਤਾਉਣਾ ਪੈਂਦਾ। ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ। ਮੈਂ ਇਹਨਾਂ ਨੂੰ ਬਿਲਕੁਲ ਕੰਡੈਮ ਕਰਦਾ ਅਤੇ ਲੋਕਾਂ ਨੂੰ ਸਲਾਹ ਦਿੰਦਾ ਕਿ ਗਲਤ ਤਰੀਕੇ ਨਾਲ ਆਉਣ ਦੀ ਬਜਾਏ ਸਹੀ ਤਰੀਕੇ ਨਾਲ ਆਓ। ਅਤੇ ਪੇਰੈਂਟਸ ਨੂੰ ਵੀ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਛੋਟੇ ਬੱਚਿਆਂ ਨੂੰ, ਜਿਹਨਾਂ ਨੂੰ ਹਜੇ ਜ਼ਿੰਦਗੀ ਦਾ ਬਹੁਤਾ ਤਜ਼ਰਬਾ ਨਹੀਂ ਹੁੰਦਾ, ਉਹਨਾਂ ਨੂੰ ਗਲਤ ਪਾਸੇ ਨਾ ਧੱਕੋ। ਇੱਥੇ ਮਹਿੰਗਾਈ ਵੀ ਹੈ ਅਤੇ ਇਮੀਗ੍ਰੇਸ਼ਨ ਵੀ ਟਫ ਹੈ, ਇਸ ਕਰਕੇ ਸਹੀ ਤਰੀਕੇ ਦੀ ਅਪਰੋਚ ਵਰਤੋ। ਇਸ ਦੇ ਨਾਲ ਹੀ ਮੈਨੂੰ ਅਵਨੀਤ ਸਿੰਘ ਤੇਜਾ ਨੂੰ ਵੀ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।